ਸਸੀਲ ਸਾਰੇ ਨੂੰ ਅੱਜ ਗੱਲ ਕਰਾਂਗੇ ਉਹ ਬੱਚਿਆਂ ਦੀ ਜਿਹੜੇ ਯੂਕੇ ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਨੇ ਵਿਦਆਊਟ ਆਈਐਲਟਸ ਬਟ ਘੱਟ ਪਰਸੈਂਟ ਹੋਣ ਕਰਕੇ ਆਪਣੀ ਫਾਈਲ ਪ੍ਰੋਸੈਸ ਨਹੀਂ ਕਰ ਸਕਦੇ। ਸਨਰਾਈਜ਼ ਗਲੋਬਲ ਗੇਟਵੇਜ਼ ਇਹ ਬੱਚਿਆਂ ਲਈ ਲੈ ਕੇ ਆਈ ਹੈ ਮੌਕਾ ਜਿੰਦੇ ਵਿੱਚ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਜੀ। ਉਹ ਪ੍ਰੋਫਾਈਲ ਬੱਚਿਆਂ ਦੀ ਜਿਹੜੇ ਵਿਦਆਊਟ ਆਈਐਲਟਸ ਨੇ ਘੱਟ ਪਰਸੈਂਟੇਜ ਵਾਲੇ, ਜੇ ਤੁਸੀਂ ਬਾਰਵੀਂ ਪਾਸ ਆਊਟ ਹੋ 2018-19-20 ਦੇ ਵਿੱਚ ਕੋਈ ਵੀ ਸਟ੍ਰੀਮ 'ਚ ਪਾਸ ਹੋਵੇ ਤੁਹਾਡੀ ਓਵਰਆਲ ਪਰਸੈਂਟੇਜ 55 ਗੱਲ ਕਰ ਰਿਹਾ ਓਵਰਆਲ ਪਰਸੈਂਟੇਜ ਦੀ, ਜੇ ਤੁਹਾਡੀ ਓਵਰਆਲ ਪਰਸੈਂਟੇਜ ਹੈ 55 ਜੇ ਤੁਸੀਂ ਗ੍ਰੈਜੂਏਟ 2015 ਪਾਸ ਆਊਟ ਹੋ 2016-17-18-19-20 ਗ੍ਰੈਜੂਏਟ ਪਾਸ ਆਊਟ ਹੋ ਤੁਹਾਡੀ ਓਵਰਆਲ ਪਰਸੈਂਟੇਜ ਹੈ ਜੀ 55 ਤਾਂ ਵੀ ਤੁਸੀਂ ਐਲੀਜੀਬਲ ਹੋ 55% ਦੇ ਤੁਹਾਡੇ ਵਿਦਆਊਟ ਆਈਐਲਟਸ ਜਿਹੜੇ ਅੰਗਰੇਜ਼ੀ ਦੇ ਤੁਹਾਡੀ ਪਰਸੈਂਟੇਜ ਹੈ ਉਹ ਚਾਹੇ ਘੱਟ ਹੈ 50% ਤੁਹਾਡੇ 40% ਹੈ ਤੁਸੀਂ ਤਾਂ ਵੀ ਐਲੀਜੀਬਲ ਹੋ ਆਪਣਾ ਅਕਤੂਬਰ ਇਨਟੇਕ 2020 ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ। ਸਪਾਊਸ ਨੂੰ ਨਾਲ ਲੈ ਕੇ ਜਾਣਾ ਦਿੰਦੇ ਹੋ ਤਾਂ ਹੁਣੇ ਹੀ ਕਾਲ ਕਰੋ 9976-9975 'ਤੇ ਸਨਰਾਈਜ਼ ਦੀ ਟੀਮ ਨਾਲ ਅਪੁਆਇੰਟਮੈਂਟ ਫਿਕਸ ਕਰਕੇ ਆਪਣਾ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰੋ ਵਿਦਆਊਟ ਆਈਐਲਟਸ ਐਂਡ ਘੱਟ ਪਰਸੈਂਟੇਜ 'ਤੇ। ਬਹੁਤ ਬਹੁਤ ਧੰਨਵਾਦ।